ਕਿਸੇ ਰੰਜਿਸ਼ ਕਾਰਨ ਜਾਂ ਫਿਰ ਮਾਮੂਲੀ ਤਕਰਾਰਬਾਜ਼ੀ ਕਾਰਨ ਕਈ ਵਾਰ ਝਗੜੇ ਇੰਨੇ ਵੱਧ ਜਾਂਦੇ ਨੇ ਕਿ ਲੋਕ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਜਾਂਦੇ ਨੇ। ਬਟਾਲਾ ਦੇ ਨੇੜਲੇ ਪਿੰਡ ਢੰਡਿਆਲਾ ਨੱਤ ਦੇ ਬੱਚਿਆਂ ਦੀ ਆਪਸੀ ਲੜਾਈ 'ਚ ਵਿਵਾਦ ਇੰਨਾ ਵਧਿਆ ਕਿ ਪਰਿਵਾਰ 'ਚ ਪੱਥਰਬਾਜ਼ੀ ਸ਼ੁਰੂ ਹੋ ਗਈ, ਜਿਸ ਦੇ ਚੱਲਦਿਆਂ ਕੁਝ ਪੱਥਰ ਗੁਆਂਢੀ ਰਿਟਾਇਰਡ ਆਰਮੀ ਜਵਾਨ ਦੇ ਘਰ ਤੇ ਜਾ ਲੱਗੇ, ਜਿਸ ਤੋਂ ਬਾਅਦ ਰਿਟਾਇਰਡ ਆਰਮੀ ਜਵਾਨ ਵੱਲੋਂ ਗਾਲੀ ਗਲੋਚ ਕੀਤੀ ਗਈ। ਇਸ ਮਗਰੋਂ ਰਿਟਾਇਰਡ ਆਰਮੀ ਜਵਾਨ ਨੇ ਗੁਆਂਢੀਆਂ ਨੂੰ ਡਰਾਉਣ ਧਮਕਾਉਣ ਦੇ ਨਾਲ ਨਾਲ ਆਪਣੀ ਹੀ ਰਾਈਫਲ ਨਾਲ ਫਾਇਰਿੰਗ ਕੀਤੀ। ਇਸ ਹਮਲੇ 'ਚ ਇੱਕ ਵਿਅਕਤੀ ਦੇ ਚਿਹਰੇ ਅਤੇ ਸਿਰ ਤੇ ਸੱਟ ਲੱਗਣ ਕਾਰਨ ਉਸ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਤਾਂ ਦੋ ਬੱਚੇ ਹੀ, ਇੱਕ ਆ ਮੇਰਾ ਲਾਗੇ ਗਵਾਂਢੀ ਜਿਹੇਦਾਰ ਆ ਅਤੇ ਮੇਰਾ ਬੱਚਾ ਦੇ ਰਾਤ ਨੂੰ ਖੇਡਣ ਦੇ ਦੋਵੇਂ ਜਣੇ, ਖੇਡਦਾ ਖੇਡਦਾ ਇਹ ਬੱਚੇ ਨੇ ਮਾਰੀ ਢੀਮ, ਮੇਰੇ ਬੱਚੇ ਨੂੰ ਮਾਰੀ ਅਤੇ ਉਹਨਾਂ ਦੇ ਗੇਟ ਨੂੰ ਵੱਜ ਗਈ ਆ ਅਤੇ ਉਹਦੀ ਘਰ ਦੀ ਨਿਕਲੀ ਆ ਬਾਹਰ ਅਤੇ ਉਹਨੇ ਮੁੰਡੇ ਨੇ ਸੋਰੀ ਮੰਗੀ, ਕਹਿੰਦਾ ਆਂਟੀ ਜੀ ਸਾਡੇ ਕੋਲ ਗਲਤੀ ਕੋਈ ਗੁਜ਼ਾਰ ਨਹੀਂ। ਉਹਦਾ ਘਰ ਵਾਲਾ ਨਿਕਲਿਆ ਸ਼ਰਾਬੀ ਹੋਇਆ ਸੀ, ਨਾਲ ਹੀ ਮੇਰੇ ਮੁੰਡੇ 'ਚ ਚਪੇੜਾ ਮਾਰਿਆ ਅਤੇ ਨਾਲ ਹੀ ਇਸ ਮੁੰਡੇ 'ਚ ਚਪੇੜਾ ਮਾਰਤੀਆਂ ਉਹਨਾਂ ਨੇ। ਚਲੋ ਮਾੜੀ ਮਾੜੀ ਤੂੰ ਮੈਂ ਹੋਈ, ਕੋਈ ਗੱਲਬਾਤ ਨਹੀਂ ਹੋਈ। ਸਵੇਰੇ ਫਿਰ ਸ਼ਰਾਬ ਪੀਤੀ ਆ ਅਤੇ ਉਹਦਾ ਭਰਾ ਦੂਜਾ ਮੇਵਾ ਆ ਨਾਲ ਅਤੇ ਨਾਲ ਦੋ ਜਣੇ ਹੋਰ ਆ ਅਤੇ ਗਾਲਾਂ ਗੂਲਾਂ ਡੈਵੇ ਕੱਢਣ, ਇੱਕ ਦੂਜੇ ਨੂੰ ਵੱਟੇ ਵੁੱਟੇ ਡੈਵੇ ਮਾਰਨ, ਸਾਡੇ ਘਰੋਂ ਨਿਕਲਿਆ ਨਹੀਂ ਗਿਆ ਸਾਡੇ ਬਾਹਰ, ਅਤੇ ਮੁੜ ਕੇ ਅਸੀਂ ਵੀ ਵੱਟੇ ਵੁੱਟੇ ਮਾਰੇ ਆ ਅਤੇ ਮੁੜ ਕੇ ਉਹਨਾਂ ਰਫਲ ਕੱਢੀ ਆ, ਦੋ ਫੈਲ ਪਹਿਲਾਂ ਮੇਰੇ ਘਰ ਨੂੰ ਕੱਢੇ ਆ ਅਤੇ ਦੋ ਜਣੇ ਮੇਰਿਆਂ ਨੂੰ ਸਿੱਧੇ ਚਲਾ ਕੇ ਸਿੱਧੇ ਚਲਾਏ ਆ ਅਤੇ ਮੇਰੇ ਆਹ ਮੁੜ ਕੇ ਮੈਂ ਕਾਂਧਾ ਉਹਲਾ ਨਾਲ ਲੈਂਦਾ ਅਤੇ ਮੇਰੇ ਆ ਸਰਾਡਾ ਵੱਜਾ, ਪਰਦੇ ਥਾਣੀਆਂ ਛੇਕ ਹੋਏ ਜਾਂਦੇ ਵੀ ਅਤੇ ਇੱਥੇ ਮੇਰੇ ਸਰਾਡਾ ਵੱਜ ਗਿਆ। ਪੁਲਿਸ ਆਈ ਸੀ, ਉਹਨਾਂ ਨੂੰ ਮੇਰੇ ਖਿਆਲ ਐਸ ਐਸ ਓ ਸਾਹਿਬ ਆਏ ਸੀ, ਉਹਨਾਂ ਦੀ ਰਫਲ ਵੀ ਨਾਲ ਲੈ ਗਏ ਆ ਅਤੇ ਨਾਲ ਉਹਨਾਂ ਦਾ ਬੰਦਾ ਵੀ ਇੱਕ ਫੜਿਆ ਅਤੇ ਬਾਕੀ ਹੱਲੇ ਫੜਾ ਰਹੇ ਬੰਦੇ। ਪੁੱਛੋ ਮਰ ਜਾਂਦਾ ਬੰਦਾ ਕੀ ਚਾਹੁੰਦਾ ਸੀ ਮੈਨੂੰ ਦੱਸੋ ਪਹਿਲਾਂ ਇਹ ਮਾਂ ਇੱਕਦਮ ਮੇਵਾ ਆ ਅਤੇ ਇੱਕਦਮ ਆ ਕਾਲਾ 'ਚ। ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਰਿਟਾਇਰਡ ਆਰਮੀ ਜਵਾਨ ਨੂੰ ਰਾਈਫਲ ਸਮੇਤ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਵੱਲੋਂ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਥਾਣਾ ਸਦਰ ਬਟਾਲਾ ਵਿੱਚ ਪਿੰਡ ਢੜਿਆਲਾ ਨੱਤ ਪੈਂਦਾ ਜੀ। ਪਹਿਲਾਂ ਰਾਤ ਜਿਹੜੇ ਦੋ ਪਰਿਵਾਰ ਹੈਗੇ ਗੁਆਂਢੀ, ਉਹਨਾਂ ਦੇ ਬੱਚੇ ਆਪਸ ਵਿੱਚ ਲੜੇ ਸੀਗੇ ਅਤੇ ਬੱਚਿਆਂ ਤੋਂ ਸਵੇਰੇ ਜਿਹੜੇ ਇਹਨਾਂ ਦੇ ਪੇਰੈਂਟਸ ਸੀਗੇ ਆਪਸ ਵਿੱਚ ਤੂੰ ਤੂੰ ਮੈਂ ਹੋਗਾ ਤੂੰ ਤੂੰ ਮੈਂ, ਹੋਣ ਤੋਂ ਬਾਅਦ ਫਿਰ ਇੱਕ ਦੂਜੇ ਦੇ ਇਹਨਾਂ ਨੇ ਇੱਟਾਂ ਰੋੜੇ ਵੀ ਚਲਾਏ ਆ ਜੀ। ਇੱਟਾਂ ਰੋੜੇ ਚਲਾਉਣ ਤੋਂ ਬਾਅਦ ਫਿਰ ਇਹਨਾਂ ਇੱਕ ਕੁਲਵੰਤ ਸਿੰਘ ਆਰਮੀ 'ਚ ਰਿਟਾਇਰ ਹੋ ਕੇ ਆਇਆ ਤਾਂ ਉਹਦੇ ਕੋਲ ਆਪਣੀ ਦਲਾਲੀ ਰਾਈਫਲ ਹੈਗੀ ਲਸਾਂਸੀ ਅਤੇ ਉਹਦੇ ਵਿੱਚ ਉਹਨਾਂ ਨੇ ਆਪਣੇ ਫਾਇਰ ਕੀਤੇ ਜੀ ਤਿੰਨ, ਅਤੇ ਮੌਕੇ 'ਤੇ ਸਾਡੇ ਐਸ ਐਚ ਓ ਸੁਖਰਾਜ ਸਿੰਘ ਪਹੁੰਚੇ ਸਵੇਰੇ ਜੀ, ਮੈਂ ਵੀ ਬਾਅਦ ਗਿਆ ਅਤੇ ਉਹਦੇ ਵਿੱਚ ਇੱਕ ਬੰਦੇ ਦੇ ਸੱਟ ਲੱਗੀ ਹੈਗੀ, ਉਹਨੇ ਕਿਹਾ ਵੀ ਮੇਰੇ ਜਿਹੜਾ ਸ਼ਰ੍ਹਾ ਵੱਜਾ ਜੀ ਜਿਹੜਾ ਦਨਾਲੀ ਦਾ ਆ, ਅਤੇ ਉਹ ਮੈਡੀਕਲ ਕਰਾਉਣ ਵਾਸਤੇ ਕਿਹਾ ਵੀ ਤੂੰ ਆਪਣਾ ਮੈਡੀਕਲ ਕਰਾਓ, ਪਤਾ ਲੱਗੂ ਉਹ ਸ਼ਰ੍ਹਾ ਵੱਜਾ ਜਾਂ ਰੋੜਾ ਵੱਜਾ ਜੀ ਉਹਨੇ, ਵੀ ਉਸ ਮੁਤਾਬਕ ਜਿਹੜੀ ਆ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਿਹੜੀ ਰਾਈਫਲ 'ਤੇ ਉਹਨੂੰ ਜਿਹੜਾ ਆਰਮੀ 'ਚੋਂ ਰਿਟਾਇਰ ਹੋਇਆ ਕੁਲਵੰਤ ਸਿੰਘ ਆ ਉਹਨੂੰ ਅਸੀਂ ਜਿਹੜਾ ਆਪਣੀ ਕਸਟਡੀ 'ਚ ਲੈ ਲਿਆ, ਫਿਰ ਡਾਕਟਰੀ ਮੈਡੀਕਲ ਤੋਂ ਡਾਕਟਰ ਕੋਲ ਓਪੀਨੀਅਨ ਲਵਾਂਗੇ ਅਸੀਂ ਜਿਹੜੀ ਇੰਜਰੀ ਹੈਗੀ ਉਹ ਉਹਦੀ ਹੈਗੀ ਸ਼ਰੇ ਦੀ ਹੈ ਜਾਂ ਰੋੜੇ ਦੀ ਹੈ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। ਫਾਰ ਮੋਰ ਨਿਊਜ਼ ਅਪਡੇਟਸ ਐਂਡ ਐਂਟਰਟੇਨਮੈਂਟ ਵੀਡੀਓਜ਼, ਪਲੀਜ਼ ਸਬਸਕ੍ਰਾਈਬ ਆਰ ਚੈਨਲ। ਫਾਰ ਆਲ ਲੇਟੈਸਟ ਨੋਟੀਫਿਕੇਸ਼ਨ, ਡੋਂਟ ਫੋਰਗੇਟ ਟੂ ਪ੍ਰੈਸ ਦ ਬੈਲ ਆਈਕਨ।